संगतां नतमस्तक होने लई होले महल्ले दे विच आंदी है। वक्खो वक्खो तरह दे रंग जो है महल्ले दे विच वेखे जांदे ने, क्योंकि निहंग सिंह जथेबंदियां कुछ तां घोड़े ते सवार हुंदियां ने, शस्त्र विद्या लैके आंदियां ने, शस्त्र अपने नाल लैके आंदियां ने, जो कि मेले दे विच खिच दा केंद्र बणदियां ने। अज अजिहे निहंग सिंह साढ़े नाल मौजूद ने, जे गलबात करन दी कोशिश कर लैंदे हैं कि वह किस तरह मेले दे विच आए हुए ने ते बाज लैके आए हुए ने, खिच दा केंद्र बने हुए ने निहंग सिंह जथेबंदियां ने। तुसीं वेख सकते हो बाज दीआं तस्वीरां, निहंग सिंह जी नाल गलबात भी कर लैंदे हैं। बाबा जी वाहिगुरू जी का खालसा वाहिगुरू जी की फतेह। जी वाहिगुरू जी का खालसा वाहिगुरू जी की फतेह। कित्थों आए बाबा जी? मेरे जलंधर जिले तो। ये जिहड़ा पंछी है की नाम है इसका? बाज कहा जाता है। हाँ जी, इसनूं बाज कहा जाता है। गुरबाज रखा गया है ते नाल ही गलबात करन दी कोशिश करदे। बाबा जी डरदा तां नहीं है होले महल्ले ते तुसीं लैके आए हो, कारण की है? परेशान करदे आ तां उस चीज़ तों खिचदा पिया है। ठीक है, ते मतलब एक खिच दा केंद्र भी बनिया होया, क्योंकि बहुत लोग तुहाडे नाल सैल्फियां भी खिच रहे ने ते नाल तुहाडे नाल ਫੋਟੋਆਂ ਵੀ ਖਿਚਵਾ ਰਹੇ ਨੇ ਬਾਜ ਨਾਲ, ਕੀ ਕਹਿਣਾ ਚਾਹੋਗੇ? ਗੁਰੂ ਮਹਾਰਾਜ ਦੇ ਸਮੇਂ ਗੁਰੂ ਮਹਾਰਾਜ ਦੇ ਨਾਲ ਰਹਿੰਦਾ ਸੀ, ਅੰਗ ਸੰਗ ਰਹਿੰਦਾ ਸੀ, ਇਸ ਲਈ ਜ਼ਿਆਦਾਤਰ ਖਿੱਚ ਦਾ ਕੇਂਦਰ ਇਸ ਕਰਕੇ ਬਣਿਆ। ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਜ਼ਿਆਦਾਤਰ ਘੋੜ ਸਵਾਰ ਕਰਦੀਆਂ ਹੈ, ਘੋੜੇ ਲੈ ਕੇ ਆਉਂਦੀਆਂ ਅਤੇ ਹਾਥੀ 'ਤੇ ਵੀ ਆਉਂਦੇ ਨੇ, ਊਂਠ 'ਤੇ ਵੀ ਆਉਂਦੇ ਨੇ, ਤੁਸੀਂ ਬਾਜ ਨਾਲ ਰੱਖਿਆ ਹੋਇਆ? ਹਾਂਜੀ, ਹੁਣ ਸਾਡੇ ਕੋਲ ਬਾਜ ਹੈ ਗੁਰੂ ਦਾ, ਅਤੇ ਅਸੀਂ ਫਿਰ ਬਾਜ ਲੈ ਕੇ ਆ ਗਏ। ਨਹੀਂ ਤਾਂ ਉਡਾਉਂਦੇ ਵੀ ਹੋ ਇਸ ਨੂੰ? ਹਾਂਜੀ, ਪਿੰਡ ਆਪਣੇ ਜਿੱਦਾਂ ਪੜਾਅ 'ਤੇ ਛੱਡੀ ਦਾ ਇਹਨੂੰ। ਕਿੰਨੇ ਬਾਜ ਨੇ ਤੁਹਾਡੇ ਕੋਲ? ਸਾਡੇ ਕੋਲ ਦੋ ਸੀਗੇ, ਇੱਕ ਚੜ੍ਹਾਈ ਕਰ ਗਿਆ ਸੀਗਾ, ਬੱਚਾ ਛੋਟਾ ਜਦੋਂ ਸੀਗਾ ਨਾ, ਦੋ ਬੱਚੇ ਹੋਲੇ ਮਹੱਲੇ 'ਤੇ। ਇਸ ਨੂੰ ਵੀ ਤੁਸੀਂ ਖਾਲਸੇ ਦੀ ਜਨਮ ਭੂਮੀ 'ਤੇ ਲੈ ਕੇ ਆਏ ਅਤੇ ਦਰਸ਼ਨ ਕਰਵਾ ਰਹੇ ਹੋ? ਹਾਂਜੀ। ਸੋ ਇਹ ਸਨ ਨਿਹੰਗ ਸਿੰਘ ਜਥੇਬੰਦੀਆਂ, ਜਿਨ੍ਹਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਬਾਜ ਲੈ ਕੇ ਆਏ ਹਾਂ ਤਾਂ ਕਿ ਮੇਲੇ ਦੇ ਵਿੱਚ ਸੰਗਤ ਜੋ ਹੈ ਬਾਜ ਦੇ ਵਿੱਚ ਬਾਜ ਦੇ ਦਰਸ਼ਨ ਕਰ ਸਕੇ। ਤੁਸੀਂ ਵੇਖ ਸਕਦੇ ਹੋ ਨਜ਼ਾਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਬਾਹਰ ਦਾ, ਜਿੱਥੇ ਲਗਾਤਾਰ ਸੰਗਤ ਨਤਮਸਤਕ ਹੋ ਰਹੀ ਹੈ, ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ, ਪਰ ਕਈ ਲੋਕ ਇੱਥੇ ਬਾਜ ਨਾਲ ਫੋਟੋਆਂ ਖਿਚਵਾ ਕੇ ਨਿਹੰਗ ਸਿੰਘ ਜਥੇਬੰਦੀਆਂ ਨਾਲ, ਨਿਹੰਗ ਸਿੰਘ ਜੀ ਆਏ ਹੋਏ ਨੇ ਉਹਨਾਂ ਨਾਲ ਫੋਟੋਆਂ ਖਿਚਵਾ ਕੇ, ਅਤੇ ਲੋਕ ਆਪਣਾ ਮਨੋਰੰਜਨ ਵੀ ਕਰ ਰਹੇ ਨੇ ਅਤੇ ਬਾਜ ਨਾਲ ਯਾਦਗਾਰ ਤਸਵੀਰ ਖਿਚਵਾ ਰਹੇ ਨੇ। ਕੈਮਰਾਮੈਨ ਰਵੀ ਕੁਮਾਰ ਦੇ ਨਾਲ ਸ਼ੋਇਸ਼ ਲਟਾਵਾ, ਸ਼੍ਰੀ ਅਨੰਦਪੁਰ ਸਾਹਿਬ। ਤਾਂ ਨਤਮਸਤਕ ਹੋਣ ਲਈ ਹੋਲੇ ਮਹੱਲੇ ਦੇ ਵਿੱਚ ਆਉਂਦੀ ਹੈ। ਵੱਖੋ ਵੱਖੋ ਤਰ੍ਹਾਂ ਦੇ ਰੰਗ ਜੋ ਹੈ ਮਹੱਲੇ ਦੇ ਵਿੱਚ ਵੇਖੇ ਜਾਂਦੇ ਨੇ, ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਕੁਝ ਤਾਂ ਘੋੜਿਆਂ 'ਤੇ ਸਵਾਰ ਹੁੰਦੀਆਂ ਨੇ, ਸ਼ਸਤਰ ਵਿੱਦਿਆ ਲੈ ਕੇ ਆਉਂਦੀਆਂ ਨੇ, ਸ਼ਸਤਰ ਆਪਣੇ ਨਾਲ ਲੈ ਕੇ ਆਉਂਦੀਆਂ ਨੇ, ਜੋ ਕਿ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਬਣਦੀਆਂ ਨੇ। ਅੱਜ ਅਜਿਹੇ ਨਿਹੰਗ ਸਿੰਘ ਸਾਡੇ ਨਾਲ ਮੌਜੂਦ ਨੇ, ਜੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹੈ ਕਿ ਉਹ ਕਿਸ ਤਰ੍ਹਾਂ ਮੇਲੇ ਦੇ ਵਿੱਚ ਆਏ ਹੋਏ ਨੇ ਅਤੇ ਬਾਜ ਲੈ ਕੇ ਆਏ ਹੋਏ ਨੇ, ਖਿੱਚ ਦਾ ਕੇਂਦਰ ਬਣੇ ਹੋਏ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ। ਤੁਸੀਂ ਵੇਖ ਸਕਦੇ ਹੋ ਬਾਜ ਦੀਆਂ ਤਸਵੀਰਾਂ, ਨਿਹੰਗ ਸਿੰਘ ਜੀ ਨਾਲ ਗੱਲਬਾਤ ਵੀ ਕਰ ਲੈਂਦੇ ਹੈ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਏ ਬਾਬਾ ਜੀ? ਮੇਰੇ ਜਲੰਧਰ ਜ਼ਿਲ੍ਹੇ ਤੋਂ। ਇਹ ਜਿਹੜਾ ਪੰਛੀ ਹੈ ਕੀ ਨਾਮ ਹੈ ਇਸਦਾ? ਬਾਜ ਕਿਹਾ ਜਾਂਦਾ? ਹਾਂਜੀ, ਇਸਨੂੰ ਬਾਜ ਕਿਹਾ ਜਾਂਦਾ। ਵੈਸੇ ਇਹਦਾ ਨਾਂ ਗੁਰਬਾਜ ਸੀ। ਗੁਰਬਾਜ ਸਿੰਘ ਇਸਦਾ ਨਾਮ ਰੱਖਿਆ ਗਿਆ। ਤੁਸੀਂ ਵੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹਨਾਂ ਨੇ ਬਾਜ ਦਾ ਨਾਮ ਵੀ ਗੁਰਬਾਜ ਰੱਖਿਆ ਗਿਆ ਹੈ ਅਤੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਬਾਬਾ ਜੀ ਡਰਦਾ ਤਾਂ ਨਹੀਂ ਹੈ ਹੋਲੇ ਮਹੱਲੇ 'ਤੇ ਤੁਸੀਂ ਲੈ ਕੇ ਆਏ ਹੋ, ਕਾਰਨ ਕੀ ਹੈ? ਪਰੇਸ਼ਾਨ ਕਰਦੇ ਆ ਤਾਂ ਉਸ ਚੀਜ਼ ਤੋਂ ਖਿੱਚਦਾ ਪਿਆ ਹੈ। ਠੀਕ ਹੈ, ਅਤੇ ਮਤਲਬ ਇੱਕ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ, ਕਿਉਂਕਿ ਬਹੁਤ ਲੋਕ ਤੁਹਾਡੇ ਨਾਲ ਸੈਲਫੀਆਂ ਵੀ ਖਿੱਚ ਰਹੇ ਨੇ ਅਤੇ ਨਾਲ ਤੁਹਾਡੇ ਨਾਲ ਫੋਟੋਆਂ ਵੀ ਖਿਚਵਾ ਰਹੇ ਨੇ ਬਾਜ ਨਾਲ, ਕੀ ਕਹਿਣਾ ਚਾਹੋਗੇ? ਗੁਰੂ ਮਹਾਰਾਜ ਦੇ ਸਮੇਂ ਗੁਰੂ ਮਹਾਰਾਜ ਦੇ ਨਾਲ ਰਹਿੰਦਾ ਸੀ, ਅੰਗ ਸੰਗ ਰਹਿੰਦਾ ਸੀ, ਇਸ ਲਈ ਜ਼ਿਆਦਾਤਰ ਖਿੱਚ ਦਾ ਕੇਂਦਰ ਇਸ ਕਰਕੇ ਬਣਿਆ। ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਜ਼ਿਆਦਾਤਰ ਘੋੜ ਸਵਾਰ ਕਰਦੀਆਂ ਹੈ, ਘੋੜੇ ਲੈ ਕੇ ਆਉਂਦੀਆਂ ਅਤੇ ਹਾਥੀ 'ਤੇ ਵੀ ਆਉਂਦੇ ਨੇ, ਊਂਠ 'ਤੇ ਵੀ ਆਉਂਦੇ ਨੇ, ਤੁਸੀਂ ਬਾਜ ਨਾਲ ਰੱਖਿਆ ਹੋਇਆ? ਹਾਂਜੀ, ਹੁਣ ਸਾਡੇ ਕੋਲ ਬਾਜ ਹੈ ਗੁਰੂ ਦਾ, ਅਤੇ ਅਸੀਂ ਫਿਰ ਬਾਜ ਲੈ ਕੇ ਆ ਗਏ। ਨਹੀਂ ਤਾਂ ਉਡਾਉਂਦੇ ਵੀ ਹੋ ਇਸ ਨੂੰ? ਹਾਂਜੀ, ਪਿੰਡ ਆਪਣੇ ਜਿੱਦਾਂ ਪੜਾਅ 'ਤੇ ਛੱਡੀ ਦਾ ਇਹਨੂੰ। ਕਿੰਨੇ ਬਾਜ ਨੇ ਤੁਹਾਡੇ ਕੋਲ? ਸਾਡੇ ਕੋਲ ਦੋ ਸੀਗੇ, ਇੱਕ ਚੜ੍ਹਾਈ ਕਰ ਗਿਆ ਸੀਗਾ, ਬੱਚਾ ਛੋਟਾ ਜਦੋਂ ਸੀਗਾ ਨਾ, ਦੋ ਬੱਚੇ ਹੋਲੇ ਮਹੱਲੇ 'ਤੇ। ਇਸ ਨੂੰ ਵੀ ਤੁਸੀਂ ਖਾਲਸੇ ਦੀ ਜਨਮ ਭੂਮੀ 'ਤੇ ਲੈ ਕੇ ਆਏ ਅਤੇ ਦਰਸ਼ਨ ਕਰਵਾ ਰਹੇ ਹੋ? ਹਾਂਜੀ। ਸੋ ਇਹ ਸਨ ਨਿਹੰਗ ਸਿੰਘ ਜਥੇਬੰਦੀਆਂ, ਜਿਨ੍ਹਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਬਾਜ ਲੈ ਕੇ ਆਏ ਹਾਂ ਤਾਂ ਕਿ ਮੇਲੇ ਦੇ ਵਿੱਚ ਸੰਗਤ ਜੋ ਹੈ ਬਾਜ ਦੇ ਵਿੱਚ ਬਾਜ ਦੇ ਦਰਸ਼ਨ ਕਰ ਸਕੇ। ਤੁਸੀਂ ਵੇਖ ਸਕਦੇ ਹੋ ਨਜ਼ਾਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਬਾਹਰ ਦਾ, ਜਿੱਥੇ ਲਗਾਤਾਰ ਸੰਗਤ ਨਤਮਸਤਕ ਹੋ ਰਹੀ ਹੈ, ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ, ਪਰ ਕਈ ਲੋਕ ਇੱਥੇ ਬਾਜ ਨਾਲ ਫੋਟੋਆਂ ਖਿਚਵਾ ਕੇ, ਨਿਹੰਗ ਸਿੰਘ ਜਥੇਬੰਦੀਆਂ ਨਾਲ, ਨਿਹੰਗ ਸਿੰਘ ਜੀ ਆਏ ਹੋਏ ਨੇ ਉਹਨਾਂ ਨਾਲ ਫੋਟੋਆਂ ਖਿਚਵਾ ਕੇ, ਅਤੇ ਲੋਕ ਆਪਣਾ ਮਨੋਰੰਜਨ ਵੀ ਕਰ ਰਹੇ ਨੇ ਅਤੇ ਬਾਜ ਨਾਲ ਯਾਦਗਾਰ ਤਸਵੀਰ ਖਿਚਵਾ ਰਹੇ ਨੇ। ਕੈਮਰਾਮੈਨ ਰਵੀ ਕੁਮਾਰ ਦੇ ਨਾਲ ਸ਼ੋਇਸ਼ ਲਟਾਵਾ, ਸ਼੍ਰੀ ਅਨੰਦਪੁਰ ਸਾਹਿਬ।